ਅ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਇਲਜ਼ਾਮ ਲਾਏ ਗਏ ਬਾਕੀਆਂ ਵੱਲੋਂ ਵੀ ਲਾਏ ਗਏ ਕਿ ਸ਼ਰੋਮਨੀ ਅਕਾਲੀ ਦਲ ਜਿਹੜਾ ਹੈਗਾ ਉਹਨਾਂ ਦੇ ਹੁੰਦੇ ਹੋਏ ਆ ਸਾਰਾ ਕੁਝ ਹੋਇਆ ਬੇਅਦਬੀ ਹੋਈ ਆਮ ਆਦਮੀ ਪਾਰਟੀ ਦੇ ਕੱਲ-ਕੱਲ ਵਿੱਚ ਵੀ ਬੀਤੇ ਦਿਨੀ ਕੁਝ ਬੇਅਦਬੀਆਂ ਹੋਈਆਂ ਨੇ ਅਕਾਲੀ ਦਲ ਦੇ ਉੱਤੇ ਜੋ ਇਲਜ਼ਾਮ ਹੈ ਉਹ ਉਸ ਪਾਰਟੀ ਉੱਤੇ ਇਹ ਇਲਜ਼ਾਮ ਹੈ ਕਿ ਉਹਨਾਂ ਨੇ ਕਰਵਾਈਆਂ ਤੇ ਉਸ ਪਾਰਟੀ ਦੇ ਲਈ ਐਸਜੀਪੀਸੀ ਦਾ ਪ੍ਰਧਾਨ ਹੋਟ ਮੰਗ ਰਿਆ ਤੇ ਮੇਰੇ ਸਾਬ ਮਾਨ ਸਾਹਿਬ ਨੇ ਉਹਨਾਂ ਨੂੰ ਬਹੁਤ ਸਿੱਧਾ ਸਵਾਲ ਪੁੱਛਿਆ ਸੀ ਸਿੱਧਾ ਜਵਾਬ ਦੇਣ ਦੀ ਬਏ ਹੋਰੀ ਗੱਲਾਂ ਕਰਨ ਨੂੰ ਰੱਖੀ ਕਹਿੰਦੇ ਪਏ ਕਿ ਪੀਪੀਸੀਸੀ ਪ੍ਰਧਾਨ ਰਾਜਾ ਵਿਡਿੰਗ ਜਿਹੜੇ ਹੈਗੇ ਨੇ ਉਹ ਇਸ ਵੇਲੇ ਇਸ ਕਰਕੇ ਥੋੜੇ ਚੁੱਪ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਵਿਜੀਲੈਂਸ ਕਿਤੇ ਉਹਨਾਂ ਦੇ ਉੱਤੇ ਰੈਕਸ਼ਨ ਕਰੇ। ਵਨ ਇੰਡੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਮੇਰਾ ਨਾਮ ਸਾਹਿਬ ਸਿੰਘ ਤੇ ਅੱਜ ਸਾਡੇ ਨਾਲ ਪੰਜਾਬ ਕੈਬਨਿਟ ਤੋਂ ਮਿਨਿਸਟਰ ਹਰਜੋਤ ਬੈਂਸੀ ਪਹੁੰਚੇ ਹੋਏ ਨੇ। ਮੈਂ ਸਭ ਥੋੜਾ ਬਹੁਤ ਥੋੜਾ। ਧੰਨਵਾਦ ਉਸਨੂੰ ਧੰਨਵਾਦ। ਸ਼ੁਰੂਆਤ ਕਰਦੇ ਆ ਤੁਸੀਂ ਜਿਹ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਤੁਸੀਂ ਸਿੱਖਿਆ ਦਾ ਜ਼ਿਕਰ ਕੀਤਾ ਸਿੱਖਿਆ ਪ੍ਰਣਾਲੀ ਦਾ ਜ਼ਿਕਰ ਕੀਤਾ ਸਿੱਖਿਆ ਦੇ ਵਿੱਚ ਡਿਵੈਲਪਮੈਂਟ ਦਾ ਜ਼ਿਕਰ ਕੀਤਾ ਜੇ ਆਪਾਂ ਅੱਗੇ ਵਧੀਏ ਮੇਰੇ ਕੋਲ ਕੁਝ ਵੇਰਵੇ ਆ ਰਹੇ ਨੇ ਫਾਜ਼ਲ ਕਾ ਤੁਸੀ ਉੱਥੇ ਵੀ ਜਾ ਕੇ ਆਏ ਹੋ ਤੇ ਉੱਥੋਂ ਦੇ ਜਿਹੜੇ ਟੀਚਰਜ਼ ਨੇ ਖਾਸ ਕਰਕੇ ਜਿਨ੍ਹਾਂ ਦੀ ਅਪੁਆਇੰਟਮੈਂਟ ਉੱਥੇ ਹੋਈ ਉਹਨਾਂ ਨੂੰ ਅਪੁਆਇੰਟਮੈਂਟ ਲੈਟਰਸ ਮਿਲ ਚੁੱਕੀਆਂ ਹੋਈਆਂ ਨੇ ਪਰ ਉਹਨਾਂ ਨੂੰ ਅਜੇ ਤੱਕ ਆਪਣੇ ਸਟੇਸ਼ਨ ਅਲੋਟ ਨਹੀਂ ਹੋਏ ਉਹਨਾਂ ਦਾ ਉਹ ਕਾਫੀ ਰੋਸ ਦੇ ਵਿੱਚ ਹੈ ਕੀ ਕਹਿਣਾ ਤੁਹਾਡਾ ਦੇਖੋ ਜਿਸ ਬੱਚੇ ਨੂੰ ਜਦੋਂ ਨੌਕਰੀ ਦਾ ਚੋਈ ਫਾਰਮ ਵੀ ਭਰ ਜਾਂਦਾ ਉਦੋਂ ਨੂੰ ਆਸ ਕਲੀਅਰ ਕਰ ਜਾਂ ਉਹਨਾਂ ਨੂੰ ਹੋਰ ਆਸ ਹੋ ਜਾਂਦੀ ਤਾਂ ਬੇਡਿਕ ਹੁੰਦੇ ਪਰ देयर इज ਦੇਖੋ ਮੇਰੇ ਸਕੂਲ ਖਾਲੀ ਪਏ ਨੇ ਅਸੀਂ ਐਗਜ਼ਾਮ ਲਿਆ ਅਸੀਂ ਕਾਉਂਸਲਿੰਗ ਕੀਤੀ ਅਸੀਂ ਸਕ੍ਰੂਟਨੀ ਕੀਤੀ ਤੇ ਅਸੀਂ ਉਹਨਾਂ ਨੂੰ ਆਫਰ ਲੈਟਰਸ ਵੀ ਜਾਰੀ ਕਰਤੇ ਤਾਂ ਸਾਡੀ ਯਾਨੀ ਨੀਅਤ ਬਿਲਕੁਲ ਕਲੀਅਰ ਹੈ ਸਾਰਾ ਕੁਝ ਟਾਈਮ ਬౌండ్ ਮੈਨਰਸ ਹੈ ਪਰ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਸਾਥੀਆਂ ਨਹੀਂ ਬਾਕੀ ਐਪਲੀਕੇਂਟਸ ਦੇ ਵੱਲੋਂ ਤੇ ਹਾਈ ਕੋਰਟ 'ਚ ਰਿਟ ਲੱਗੀ ਹਾਈ ਕੋਰਟ ਦੇ ਵਿੱਚ ਇੱਕ ਸਟੇਜ ਇਦਾਂ ਦੀ ਆ ਗਈ ਸੀ ਜਦੋਂ ਭਰਤੀ ਪੂਰੀ ਰੱਦ ਹੋ ਜਾਣੀ ਸੀ ਕੈਨਸਲ ਹੋ ਜਾਣੀ ਸੀ ਪਰ ਅਸੀਂ ਉਸ ਕੇਸ ਨੂੰ ਬਹੁਤ ਐਗਰੈਸਿਵਲੀ ਇਹ ਇਨਾਂ ਬੱਚਿਆਂ ਦੇ ਇਨਾਂ ਨੌਜਵਾਨਾਂ ਦਾ ਪੱਖ ਹਾਈ ਕੋਰਟ 'ਚ ਰੱਖਿਆ ਉਸ ਤੋਂ ਹਾਈ ਕੋਰਟ ਨੇ ਕਿਹਾ ਠੀਕ ਹੈ ਤੁਸੀਂ ਰਿਜ਼ਲਟ ਰਿਵਾਈਜ਼ ਕਰ ਦੋ ਉਹ ਰਿਜ਼ਲਟ ਰਿਵਾਈਜ਼ਨ ਦੀ ਜਿਹੜੀ ਪ੍ਰਕਿਰਿਆ ਹੈ ਉਹ 1 ਮਹੀਨੇ ਦੀ ਪ੍ਰਕਿਰਿਆ ਸੀਗੀ ਉਹ ਪੂਰੀ ਹੋਗੀ 20 April ਨੂੰ ਉਸ ਤੋਂ ਬਾਅਦ ਕੁਝ ਸਾਥੀ ਚਲੇਗੇ ਨੈਸ਼ਨਲ ਕਮਿਸ਼ਨ ਸ਼ੈਡਿਊਲ ਕਾਸਟ ਕਿਉਂ ਲੇ ਪਿਛਲੀ ਵਾਰੀ 635 ਭਰਤੀ ਵੀ ਕਿਉਂ ਲੇ ਉਹ ਇਹ ਨਹੀਂ ਦੇਖਦੇ ਕਿ ਕਿਉਂ ਹੈ ਹੁਣ ਅਸੀਂ ਹਾਈ ਕੋਰਟ ਜਾਂ ਟ੍ਰਿਬਿਊਨਲ ਤੋਂਤੇ ਨਹੀਂ ਆ ਸਾਨੂੰ ਕੋਰਟਸ ਦੇ ਫੈਸਲੇ ਨੂੰ ਹੁਬੂ-ਹੂ ਲਾਗੂ ਕਰਨਾ ਪਊਗਾ ਪਰ ਉੱਥੇ ਵੀ ਅਸੀਂ ਪੂਰੀ ਮਿਹਨਤ ਦੇ ਨਾਲ ਉਸਨੂੰ ਹਾਈ ਕੋਰਟ ਨਾਲ 28 ਤਰੀਕ ਨੂੰ ਇਸੀ 28 April ਨੂੰ ਉਹਦਾ ਜਿਹੜਾ ਹੈ ਵਡਿਕਟ ਆ ਗਿਆ ਹਜੇ ਤੱਕ ਵਡਿਕਟ ਦੀ ਕਾਪੀ ਨਹੀਂ ਆਈ ਜਿੱਦਾਂ ਉਹ ਕਾਪੀ ਆਉਂਦੀ ਹੈ ਸੀ ਐਜ਼ ਇਟ ਉਹ ਵੀ ਅਸੀਂ ਕਾਮਯਾਬ ਹੋ ਕੇ ਭਰਤੀ ਬਚ ਗਈ ਹੈ ਐਂ ਸਭ ਕੁਝ ਇਹ ਇੱਕ ਅਧਾ ਪਰਸੈਂਟ ਰਿਜ਼ਲਟ ਦਾ ਕੁਝ 4-5 ਕੈਂਡੀਡੇਟ ਪਲੱਸ ਇਨ ਹੋ ਸਕਦੇ ਨੇ ਤਾਂ ਉਹ ਜਿੱਦਾਂ ਹੀ ਆਊਗੀ ਨਾਲ ਹੀ ਅਸੀਂ ਇੰਪਲੀਮੈਂਟ ਕਰ ਦਾਂਗੇ अच्छा सीएम मान ਵੱਲੋਂ ਇੱਕ ਟਵੀਟ ਕੀਤਾ ਜਾਂਦਾ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਟਾਰਗੇਟ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਦਾ ਵੀ ਅੱਗੇ ਬਿਆਨ ਆ ਗਿਆ ਚਲੋ ਉਹ ਤਾਂ ਆਪਾਂ ਸੌਟ ਕਰ ਦਿੰਨੇ ਆ ਦੂਜੇ ਪਾਸੇ ਹੁਣ ਜਿਹੜਾ ਸਵਾਲ ਬਣਦਾ ਉਹ ਇਹ ਹੈ ਕਿ ਚਲੋ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਇਲਜ਼ਾਮ ਲਾਏਗੇ ਬਾਕੀਆਂ ਵੱਲੋਂ ਵੀ ਲਾਏਗੇ ਕਿ ਸ਼ਰੋਮਨੀ ਅਕਾਲੀ ਦਲ ਜਿਹੜਾ ਹੈਗਾ ਉਹਨਾਂ ਦੇ ਹੁੰਦੇ ਹੋਏ ਆ ਸਾਰਾ ਕੁਝ ਹੋਇਆ ਬੇਅਦਬੀ ਹੋਈ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਵੀ ਬੀਤੇ ਦਿਨੀ ਕੁਝ ਬੇਅਦਬੀਆਂ ਹੋਈਆਂ ਨੇ ਦੋ ਚੀਜ਼ਾਂ ਨੇ ਦੋ ਚੀਜ਼ਾਂ ਨੇ ਆ ਦੇਖੋ ਜੋ ਵੀ ਮਰਿੰਡੇ ਵਿਖੋਇਆ ਜਾਂ ਫਰੀਦਕੋਟ ਵਿਖੋਇਆ ਬਹੁਤ ਮੰਦਪਗ ਹੈ ਕੱਲੇ ਐਜ਼ ਅ ਮੰਤਰੀ ਨਹੀਂ ਐਜ਼ ਅ ਸਿੱਖ ਤਾਂ ਜਦੋਂ ਮੈਂ ਦੇਖਿਆ ਤਾਂ ਕੋਈ ਵੀ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਿਮ ਹੋਵੇ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਸਾਰੇ ਕਰਦੇ ਨੇ ਇਸ ਦੁਨੀਆ ਤੇ ਜੋ ਵੀ ਹੋਇਆ ਉਹ ਕੋਈ ਵੀ ਉਹ ਬੰਦਾ ਨਾ ਦੇਖ ਸਕਦਾ ਨਾ ਬਰਦਾਸ਼ਤ ਕਰ ਸਕਾ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਜੋ ਬੰਦਾ ਟ੍ਰਾਇਲ ਹੈ ਐਸ ਪਰ ਲਾ ਹੋ ਰਿਹਾ ਅਕਾਲੀ ਦਲ ਦੇ ਉੱਤੇ ਜੋ ਇਲਜ਼ਾਮ ਹੈ ਉਹ ਉਸ ਪਾਰਟੀ ਉੱਤੇ ਇਹ ਇਲਜ਼ਾਮ ਹੈ ਕਿ ਉਹਨਾਂ ਨੇ ਕਰਵਾਈਆਂ ਇਹ ਸਿਲਸਿਲਾ ਜਿਹੜਾ ਪੰਜਾਬ ਦੇ ਵਿੱਚ ਆਇਆ ਇਹ ਦੋਸ਼ ਨੇ ਇਸ ਦੋਸ਼ ਦੀ ਚਾਰਸ਼ੀਟ ਮੇਰੇ ਸਾਹਮਣੇ ਕੋਟਸ਼ਾ ਕੀ ਹੈ ਤੇ ਇਹ ਇੱਕ ਜੋ ਜੋ ਵੀ ਹੈ ਇਹ ਹੈ ਤੇ ਉਸ ਪਾਰਟੀ ਦੇ ਲਈ ਐਸਜੀਪੀਸੀ ਦਾ ਪ੍ਰਧਾਨ ਵੋਟ ਮੰਗ ਰਿਹਾ ਤੇ ਮੇਰੇ ਸਾਹਮਣੇ ਮਾਨ ਸਾਹਿਬ ਨੇ ਉਹਨਾਂ ਨੂੰ ਬਹੁਤ ਸਿੱਧਾ ਸਵਾਲ ਪੁੱਛਿਆ ਸੀ ਸਿੱਧਾ ਜਵਾਬ ਦੇ ਦੇਣ ਸਿੱਧਾ ਜਵਾਬ ਦੇਣ ਦੀ ਬਜ ਹੁਰੀ ਗੱਲਾਂ ਕਰਨ ਉਹਦਾ ਕੀ ਮਕਸਦ ਇਹ ਤੁਹਾਨੂੰ ਨਹੀਂ ਲੱਗਦਾ ਜੋ ਜੇ ਬੇਦਬੀਆਂ ਹੋਈਆਂ ਵੀ ਐ ਹੁਣ ਵੀ ਹੋਈਆਂ ਨੇ ਤੇ ਉਹਦਾ ਕਿਸੇ ਤਰ੍ਹਾਂ ਦਾ ਕੁਝ ਇੰਪਲੀਮੈਂਟੇਸ਼ਨ ਹੋਊਗੀ ਇਸ ਇਹਨਾਂ ਚੋਣਾਂ ਤੇ ਜਾਂ ਆਉਣ ਵਾਲੀਆਂ ਚੋਣਾਂ ਤੇ ਰਿਐਕਸ਼ਨ ਹੋਵੇਗਾ ਜੀ ਦੇਖੋ ਜੀ ਹਰ ਪੰਜਾਬੀ ਜਿਹੜਾ ਹੈ ਉਹ ਇਹ ਬਰਦਾਸ਼ਤ ਨਹੀਂ ਕਰ ਸਕਦਾ ਅ ਅਸੀਂ ਜੋ ਸਖਤੋ ਸਖਤ ਕਾਰਵਾਈ ਹੈ ਤੁਸੀਂ ਖੁਦ ਮਾਨ ਸਾਹਿਬ ਦਾ ਸਟੇਟਮੈਂਟ ਵੀ ਐ ਸੀ ਜੋ ਸਖਤੋ ਸਖਤ ਕਾਰਵਾਈ ਕਿ ਲਈ ਕੁਝ ਨਾ ਕੁਝ ਕੋਈ ਨਾ ਕੋਈ ਤਾਕਤਾਂ ਹੈ ਜੋ ਪੰਜਾਬ ਚ ਅਮਨ ਤੇ ਸ਼ਾਂਤੀ ਨਹੀਂ ਚਾਹੁੰਦੀਆਂ ਉਹ ਲਗਾਤਾਰ ਵਾਰ ਕਰਦੀਆਂ ਨੇ ਪਰ ਜਦੋਂ ਚੰਗੀ ਨਹੀਂ ਤੇ ਗੁਰੂ ਸਾਹਿਬ ਦਾ ਹੀ ਬਸਾਇਆ ਪੰਜਾਬ ਤੇ ਗੁਰੂ ਸਾਹਿਬ ਆਪ ਨੇ ਜਿੱਠਣਗੇ ਮੇਰਾ ਇੱਕ ਲਾਸਟ ਕੁਐਸਚਨ ਹੈਗਾ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀਗੀ ਉਸ ਵੇਲੇ ਇੱਕ ਮੁੱਦਾ ਉੱਠਿਆ ਸੀਗਾ ਸਰਕਾਰੀ ਬੱਸਾਂ ਦਾ ਉਹਨਾਂ ਦੀ ਬੋਡੀ ਬਦਲਾਨੀ ਸੀਗੀ ਉਹਨਾਂ ਨੂੰ ਲੈ ਕੇ ਕਪਲਾ ਕਿਹਾ ਗਿਆ ਸੀਗਾ ਉਸ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ ਮੇਰੇ ਮੇਰੇ ਦੋਸਤ ਮੇਰੇ ਮਹਿਕਮੇ ਨਾਲ ਸੰਬੰਧਿਤ ਨਹੀਂ ਲਾਲਜੀਤ ਪੁੱਲਰ ਜੀ ਨੇ ਪੁੱਛ ਲਿਆ ਉਹ ਹੀ ਬੈਟਰ ਜਵਾਬ ਦੇ ਦਿੰਨ ਮੈਂ ਕੋਈ ਨਹੀਂ ਦੱਸ ਕਹਿੰਦੇ ਪਏ ਕਿ ਪੀਪੀਸੀਸੀ ਪ੍ਰਧਾਨ ਰਾਜਾ ਵਿੜਿੰਗ ਜਿਹੜੇ ਹੈਗੇ ਨੇ ਉਹ ਇਸ ਵੇਲੇ ਇਸ ਕਰਕੇ ਥੋੜੇ ਚੁੱਪ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਵਿਜੀਲੈਂਸ ਕਿਤੇ ਉਹਨਾਂ ਦੇ ਉੱਤੇ ਐਕਸ਼ਨ ਕਰੇ ਇਸ ਮਾਮਲੇ ਨੂੰ ਲੈ ਕੇ ਹੋ ਸਕਦਾ ਤੁਸੀਂ ਸਹੀ ਕਹਿ ਰਹੇ ਹੋ ਪਰ ਇਹਦੇ ਬ ਇਹ ਇਸ ਨਹੀਂ ਹੈ ਤੇ ਮੈਨੂੰ ਮੇਰੇ ਨਾਲ ਮੇਰੇ ਬਾਰੇ ਡਾਇਰੈਕਟ ਜਾਣਕਾਰੀ ਨਹੀਂ ਹੈ ਦੋਸਤ ਤਾਂ ਨਾਲ ਹਰਜੋਤ ਬੈਂਸ ਜੀ ਮੌਜੂਦ ਸੀ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ